मक्खन लाल का मुर्दाबाद 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 एनडीए का लीडर हाय 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 मुर्दाबाद मुर्दाबाद मक्खन लाल का हाय 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 नित बरोदी लाल का हाय 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 मक्खन लाल का हाय मक्खन लाल का मुर्दाबाद लाली दाल मुर्दाबाद 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 मक्खन लाल का मुर्दाबाद मुर्दाबाद एक लालका साहब जिहड़े बड़ा मैं उन्होंने सूझवान समझता सीगा अकाली दल के लीडर ने ते दो 10 साल उहदे हलका इंचार्ज रहे ने उन्होंने एक बड़ा बेतुका जिहा बयान दिता जिहदे नाल साडे एससी भाईचारे के सारे जिहड़े किसी भी साडे श्रेणी नाल संबंधित ने चाहे वाल्मीकि भाईचारे नाल संबंधित ने चाहे रविदास भाईचारे नाल संबंधित ने किसी भी भाईचारे नाल संबंधित ने अज इस गेट के उत्ते सारे मुतबर बंदे इकट्ठे हुए हैं उन्होंने बड़ा बेतुका बयान दिता भी ये जिहड़े 5-4 गेट बन रहे ने जिहड़े कैप्टन जिहड़े ਸਾਡੇ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਬਣਾ ਰਹੇ ਨੇ ਅਤੇ ਇਹ ਗੇਟ ਬੇਫਾਲਤੂ ਬਣ ਰਹੇ ਨੇ ਅਤੇ ਇਹਨਾਂ ਦਾ ਕੋਈ ਜਿਹੜਾ ਪੈਸਾ ਵੇਸਟ ਹੋ ਗਿਆ ਅਤੇ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਇਹ ਬੋੜਾ ਗੇਟ ਅੱਜ ਆਪਾਂ ਇੱਥੇ ਖੜ੍ਹੇ ਹਾਂ ਚੌਂਕ ਦੇ ਵਿੱਚ ਅਤੇ ਇਹ ਜਿਹੜਾ ਗੇਟ ਆ ਇੱਕ ਸਾਡੇ ਜਿਹੜੇ ਰਹਿਬਰ ਨੇ ਸਾਡੇ ਐਸੀ ਭਾਈਚਾਰੇ ਦੇ ਰਹਿਬਰ ਨੇ ਅੰਬੇਡਕਰ ਸਾਹਿਬ ਦੇ ਨਾਮ ਦੇ ਉੱਤੇ ਸਾਨੂੰ ਆਪਣੇ ਮੰਤਰੀ ਸਾਹਿਬ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੇ ਸਾਨੂੰ ਇੱਕ ਗਿਫਟ ਦਿੱਤਾ ਸਾਨੂੰ ਇੱਕ ਤੋਹਫਾ ਦਿੱਤਾ 3 ਵਾਰਡ ਨੇ ਉਰੇ ਐਸੀ ਭਾਈਚਾਰੇ ਦੇ ਜਿਹੜੇ ਐਸੀ ਭਾਈਚਾਰੇ ਨਾਲ ਸੰਬੰਧਿਤ ਨੇ ਅਤੇ ਮੇਨ ਐਂਟਰੀ ਆ ਜਿਹੜੀ ਆ ਸਾਹਮਣੇ ਆ ਅਤੇ ਉਸੀ ਐਂਟਰੀ ਨੂੰ ਦੇਖਦੇ ਹੋਏ ਅੰਬੇਡਕਰ ਸਾਹਿਬ ਦੀ 14 ਤਰੀਕ ਨੂੰ ਜਿਹੜਾ ਜਨਮ ਦਿਵਸ ਆ ਉਹਨੂੰ ਸਮਰਪਿਤ ਕਰਦੇ ਹੋਏ ਆ ਗੇਟ ਦਾ ਨਾਮ ਉਹਨਾਂ ਨੇ ਰੱਖਿਆ ਸੀ ਇਸੀ ਗੇਟ ਦੇ ਨਾਮ ਨੂੰ ਉਹਨਾਂ ਨੇ ਕਹਿਤਾ ਵੀ ਇਹ ਬੇਰਤਾ ਮੈਂ ਲਾਲਕਾ ਸਾਹਿਬ ਨੂੰ ਚੇਤਾਵਨੀ ਵੀ ਦੇਣਾ ਚਾਹੁੰਦਾ ਅਤੇ ਐਸੀ ਭਾਈਚਾਰੇ ਵੱਲੋਂ ਡਿਪਾਰਟਮੈਂਟ ਸਾਡੇ ਸਾਰੇ ਐਸੀ ਭਾਈਚਾਰੇ ਦੇ ਵੱਲੋਂ ਅਤੇ ਇੱਕ ਗੱਲ ਖੋ ਕਹਿਣਾ ਵੀ ਚਾਹੁੰਦਾ ਉਹ ਆਪ 10 ਸਾਲ ਉਹ ਆਪਣੇ ਬਾਜੀਗਰ ਸੈੱਲ ਦੇ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਜਿਹੜੀ ਕਿ ਬਾਜੀਗਰ ਕਮਿਊਨਿਟੀ ਵੀ ਸਾਡੀ ਐਸੀ ਭਾਈਚਾਰੇ ਚਾਹੁੰਦੀ ਆ ਅਤੇ ਸਾਰੇ ਐਸੀ ਭਾਈਚਾਰਾ ਇੱਕ ਹੋ ਕੇ ਕੰਮ ਕਰ ਰਿਹਾ ਜਦੋਂ ਕੋਈ ਲੀਡਰ ਸਾਡੇ ਐਸੀ ਭਾਈਚਾਰੇ ਦੇ ਲਈ ਕੰਮ ਕਰਨਾ ਚਾਹੁੰਦਾ ਅਤੇ ਇਹਨਾਂ ਨੂੰ ਅਕਾਲੀ ਦਲ ਵਾਲਿਆਂ ਨੂੰ ਕੀ ਤਕਲੀਫ ਹੁੰਦੀ ਆ ਅਤੇ ਇਹ ਆ ਕੇ ਐਵੇਂ ਹੀ ਵਿਕਾਸ ਦੇ ਕਾਰਜਾਂ ਦੇ ਵਿੱਚ ਰੋੜੇ ਪਾਉਂਦੇ ਨੇ ਅਤੇ ਮੈਂ ਇੱਕ ਗੱਲ ਹੋਰ ਵੀ ਪੁੱਛਣਾ ਚਾਹੁੰਦਾ ਇਹ ਲਾਲਕਾ ਸਾਹਿਬ ਨੂੰ ਇਹਨਾਂ ਨੂੰ ਆਪਣੀ ਪਾਰਟੀ ਦਾ ਕੋਈ ਪੁੱਛਦਾ ਨਹੀਂ ਅਤੇ ਹੁਣ ਜਦੋਂ ਨਾ ਪੁੱਛਣ ਕਰੇ ਅਸੀਂ ਭਮੱਤਰੇ ਹੋਏ ਨੇ ਅਤੇ ਪੁੱਠੇ ਸਿੱਧੇ ਬਿਆਨ ਦੇਈ ਜਾਂਦੇ ਨੇ 10 ਸਾਲ ਇਹਨਾਂ ਦਾ ਵਿਕਾਸ 10 ਸਾਲ ਇਹਨਾਂ ਦਾ ਸਰਕਾਰ ਰਹੀ ਹਲਕਾ ਇੰਚਾਰਜ ਰਹੇ ਅਤੇ 10 ਸਾਲ ਲਗਾਤਾਰ ਥੋੜ੍ਹਾ ਜਿਹਾ ਮੀਂਹ ਪੈਣ ਦੇ ਉੱਤੇ ਵੀ ਆਹ ਜਿਹੜੀ ਸਦਰ ਬਾਜ਼ਾਰ ਦੀ ਸੜਕ ਆ ਉਰੇ ਪਾਣੀ ਖੜਦਾ ਸੀ ਗੋਡੇ ਗੋਡੇ ਅਤੇ ਅਕਾਲੀ ਦਲ ਦੇ ਜਿਹੜੇ ਇਹ ਲੀਡਰ ਬੋਲਦੇ ਨੇ ਅੱਜ ਉਸ ਟਾਈਮ ਸਾਰੀ ਪਾਰਟੀਆਂ ਦੇ ਐਮਸੀ ਇਕੱਠੇ ਹੋ ਕੇ ਅਤੇ ਉਸ ਤੋਂ ਬਾਅਦ ਪੂਰਾ ਬਾਜ਼ਾਰ ਇਕੱਠਾ ਹੋ ਕੇ ਇਹਨਾਂ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਦਾ ਸੀ ਇਹਨਾਂ ਦੀ ਜਦੋਂ ਕਮੇਟੀ ਬਣੀ ਅਤੇ ਉਸ ਟਾਈਮ ਦੇ ਕੱਪੜੇ ਚੱਕਣ ਦੀ ਜਿਹੜੀ ਕੱਪੜੇ ਜਦੋਂ ਕੱਪੜੇ ਚੱਕਾਂਗੇ ਨਾ ਉਹ ਟਾਈਮ ਦੇ ਅਤੇ ਇਹਨਾਂ ਤੋਂ ਗਿਣੇ ਨਹੀਂ ਜਾਣੇ ਕਿੰਨੇ ਕੱਪੜੇ ਕੀਤੇ ਹੋਣੇ ਅਤੇ ਇਹ ਲੋਕ ਵਿਕਾਸ ਦੀ ਕਾਰਜ ਦੀ ਗੱਲਾਂ ਕਰਦੇ ਨੇ ਅਤੇ ਮੈਂ ਲਾਲਕਾ ਸਾਹਿਬ ਨੂੰ ਕਹਿ ਦੇਣਾ ਚਾਹੁੰਦਾ ਜਿਹੜੀ ਆ ਉਹਨਾਂ ਨੇ ਬਿਆਨ ਗਲਤ ਬਿਆਨ ਦਿੱਤੇ ਨੇ ਇਹਦੀ ਮਾਫ਼ੀ ਮੰਗਣੀ ਚਾਹੀਦੀ ਹੈ ਐਸੀ ਭਾਈਚਾਰੇ ਦੇ ਵਿੱਚ ਉਹਨਾਂ ਦੇ ਆਹ ਬਿਆਨ ਦੇ ਪ੍ਰਤੀ ਬਹੁਤ ਰੋਸ਼ ਆ ਅਤੇ ਜਿਹੜਾ ਕੱਲ੍ਹ ਉਹ ਕਹਿੰਦੇ ਨੇ ਨਾ ਵੀ ਧਰਨਾ ਦੇਵਾਂਗੇ ਅਸੀਂ ਕਮੇਟੀ ਦੇ ਬਾਹਰ ਅਸੀਂ ਵੀ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ਼ ਉਹਨਾਂ ਦੇ ਸਾਹਮਣੇ ਐਸੀ ਭਾਈਚਾਰੇ ਵੱਲੋਂ ਧਰਨਾ ਦੇਣ ਨੂੰ ਤਿਆਰ ਆ ਜਿੱਥੇ ਕਿਤੇ ਸਾਡੀ ਸਮਾਜ ਦੀ ਗੱਲ ਹੋਊਗੀ ਅਸੀਂ ਉੱਥੇ ਪਾਰਟੀਬਾਜ਼ੀ ਨਹੀਂ ਦੇਖਣੀ ਅਸੀਂ ਉੱਥੇ ਆਪਣੇ ਕੋਈ ਜਿਹੜੇ ਸਾਡੇ ਦਲਿਤ ਭਾਈਚਾਰੇ ਦੇ ਜਿਹੜੇ ਲੀਡਰ ਆਸੇ ਪਾਸੇ ਬੋਲਦੇ ਫਿਰਦੇ ਨੇ ਉਹਨਾਂ ਨੂੰ ਵੀ ਨਹੀਂ ਦੇਖਣਾ ਅਸੀਂ ਜਦੋਂ ਅਸੀਂ ਸਮਾਜ ਦਾ ਕੰਮ ਕਰਨਾ ਅਤੇ ਆ ਜਿਹੜੇ ਸਮਾਜ ਦੇ ਸਾਰੇ ਸਾਡੇ ਬਜ਼ੁਰਗ ਵੀ ਖੜੇ ਨੇ ਸਾਡੇ ਲੀਡਰ ਸਾਹਿਬਾਨ ਵੀ ਖੜੇ ਨੇ ਅਤੇ ਇਹਨਾਂ ਨੇ ਬੜਾ ਜ਼ੋਰ ਲਾ ਕੇ ਉੱਧਰੋਂ ਸਾਡੇ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੇ ਕੈਬਨਿਟ ਮੰਤਰੀ ਪੰਜਾਬ ਨੇ ਉਹਨਾਂ ਨੇ ਪਾਸ ਕਰਵਾਇਆ ਅਤੇ ਇਸ ਗੇਟ ਦਾ ਨਾਮ ਅੰਬੇਡਕਰ ਸਾਹਿਬ ਦੇ ਗੇਟ ਦੇ ਨਾਮ ਦੇ ਉੱਤੇ ਰੱਖਿਆ ਗਿਆ ਅਤੇ ਮੱਖਣ ਸਿੰਘ ਲਾਲਕੇ ਨੇ ਜਿਹੜੇ ਇਹ ਡਾਕਟਰ ਅੰਬੇਡਕਰ ਦੇ ਨਾਂ 'ਤੇ ਬਹਾਉਣਾ ਗੇਟ ਜਿਹੜਾ ਬਹੁਤ ਚਿਰਾਂ ਦੀ ਮੰਗ ਸੀ ਇਹ ਐਸੀ ਭਾਈਚਾਰੇ ਦੀ ਮੱਖਣ ਸਿੰਘ ਲਾਲਕਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਲੀਡਰ ਹੈਗਾ ਜੀ ਇਹਨੂੰ ਟਿਕਟ ਪਹਿਲਾਂ ਵੀ ਨਹੀਂ ਮਿਲੀ ਟਿਕਟ ਇਹਨੂੰ ਹੁਣ ਵੀ ਨਹੀਂ ਮਿਲਣੀ ਇਹ ਇੱਕ ਮਤਲਬ ਹੱਥ ਮਾਰਦਾ ਫਿਰਦਾ ਕਮਲਿਆਂ ਵਾਂਗੂ ਇਹਨੂੰ ਇਹ ਤੋਂ ਵਿਕਾਸ ਨਹੀਂ ਜਰੇ ਜਾਂਦਾ ਸਹਿਰ ਨਾਭੇ ਦਾ ਵਿਕਾਸ ਆ ਬਹੁਤ ਵੱਡੀ ਪੱਧਰ 'ਤੇ ਹੋ ਰਿਹਾ ਹੈਗਾ ਆ ਪਾਰਕ ਨਹੀਂ ਦਿਖ ਰਿਹਾ ਇਹਨੂੰ ਦਲੱਦੀ ਗੇਟ ਵਾਲੀ ਸੜਕ ਨਹੀਂ ਦਿਖ ਰਹੀ ਆਪਣੇ ਜਿਹੜਾ ਟ੍ਰੀਟਮੈਂਟ ਦਾ ਪਲਾਟ ਉਹ ਨਹੀਂ ਦਿਖ ਰਿਹਾ ਸੀਵਰੇਜ ਦਾ ਕੰਮ ਹੋਇਆ ਉਹ ਨਹੀਂ ਦਿਖ ਰਿਹਾ ਇਹਨੂੰ ਆਹ ਗੇਟਾਂ 'ਤੇ ਆ ਕੇ ਕਿਉਂ ਵਿਰੋਧ ਕਰ ਰਿਹਾ ਕਿਹੜਾ ਕੋਈ ਨਵਾਂ ਕੰਮ ਆ ਇਹ ਨਾਭੇ ਰਾਜਿਆਂ ਦਾ ਸ਼ਹਿਰ ਹੈ ਇੱਥੇ ਪਹਿਲਾਂ ਵੀ ਗੇਟ ਬਣੇ ਹੋਏ ਸੀ ਜੇ ਉਹ ਪੁਰਾਣੇ ਗੇਟ ਢਹਿ ਢੇਰੀ ਹੋ ਗਏ ਤਾਂ ਦੁਬਾਰਾ ਗੇਟ ਜਿਹੇ ਬਣ ਰਹੇ ਨੇ ਇਹ ਨਾਭੇ ਦੀ ਸ਼ਾਨ ਬਣ ਰਹੀ ਆ ਬਹੁਤ ਵਧੀਆ ਗੱਲ ਆ ਇਹ ਸਾਡੇ ਸਾਧੂ ਸਿੰਘ ਧਰਮਸੋਤ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਅਸੀਂ ਮੰਗ ਪੱਤਰ ਵੀ ਦਿੱਤਾ ਹੋਇਆ ਵੀ ਜਿਹੜਾ ਗੇਟ ਆ ਇਹ ਡਾਕਟਰ ਅੰਬੇਡਕਰ ਦੇ ਨਾਂ 'ਤੇ ਰੱਖਿਆ ਜਾਵੇ
उन्होंने साडे मंग नूं स्वीकार भी किया। ये तो जल्दी ही आपां नूं समर्पित कर लेंगे, वो असीं उन्हां दे धन्नवादी हाँ। डिवेलपमेंट है जी, जो आप अपने घर का गेट बनाने वो भी वधिया बनाने, ये तो शहर का गेट है जी। उन्होंने 10 साल, उन्हें 10 साल के उन्हें 10 साल ला गए, 10 साल तो उन्होंने कुछ करया नहीं, उन्होंने तो जरे नहीं जा रहा। नाभे का बहुत विकास होया, जे विकास होया तो ही लोगों ने जितने मोहर लाई आ, बहुत मत मिसी जितने ता ही जितने साढ़े ब्लॉक समिति के भी असं सारे पहला जित प्राप्त की आ, साड़ी सरकार द्वारा फिर रिपीट हो रही है। इन्हों मतलब मसाला लड़ा चू आपस में यह परिवार जरा फट रहा है, पार्टी के विरोधता हो रही है। मैं एससी डिपार्टमेंट का चेयरमैन हाँ जी, गुरमीत सिंह थूई मेरा नाम जी मेरा।